ਦੇਖੋ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਦੇਣਾ ਸਾਨੂੰ ਤਾਂ ਬੜੇ ਦਿਨਾਂ ਦਾ ਪਤਾ ਸੀਗਾ ਜਦੋਂ ਤੋਂ ਚੰਨੀ ਸਾਹਿਬ ਚੀਫ ਮਿਨਿਸਟਰ ਬਣ ਗਏ ਸੀਗੇ। ਅਸੀਂ ਕਈ ਵਾਰ ਉਦੋਂ ਬਾਅਦ ਪ੍ਰੋਗਰਾਮਾਂ ਦੇ ਵਿੱਚ ਕਹਿ ਚੁੱਕੇ ਹਾਂ ਕਿ ਕੋਈ 10-15 ਦਿਨਾਂ ਦੀ ਖੇਡ ਹੈ, ਨਵਜੋਤ ਸਿੰਘ ਸਿੱਧੂ ਭੱਜਾ ਹੀ ਲਓ। ਬਟ ਉਹ ਮੇਰੇ ਹਿਸਾਬ ਨਾਲ 15 ਦਿਨ ਨਹੀਂ, ਹਫ਼ਤਾ ਹੀ ਟੱਪਿਆ ਅਜੇ, ਅਤੇ ਨਵਜੋਤ ਸਿੰਘ ਸਿੱਧੂ ਜਿਹੜਾ ਸਾਰਿਆਂ ਨੂੰ ਪਤਾ ਕਿ ਜੋ ਕੁਛ ਇਹ ਕਰ ਸਕਦਾ ਸੀ ਉਹ ਕੁਛ ਉਹਨੇ ਕਰਕੇ ਵਿਖਾਇਆ। ਕਿਉਂਕਿ ਇਹ ਜਿਹੜਾ ਬੰਦਾ ਵਾ ਇਹ ਕਿਸੇ ਨਾਲ ਟਾਈਮ ਨਹੀਂ ਪਾਸ ਕਰ ਸਕਦਾ, ਜਿੱਦਾਂ ਬਾਲ ਸਾਹਿਬ ਨੇ ਕਿਹਾ ਸੀਗਾ ਇਹ ਮਿਸਗਾਈਡਿੰਗ ਮਿਜ਼ਾਈਲ ਆ, ਉਹ ਗੱਲ ਵਾਕਈ ਅਜੇ ਸਾਬਤ ਹੋ ਗਈ ਹੈ ਕਿ ਇਹਦਾ ਕੋਈ ਪਤਾ ਨਹੀਂ ਇਹਨੇ ਕਿਹੜੇ ਪਾਸੇ ਚੱਲ ਜਾ, ਔਰ ਉਹ ਆਪਦੀ ਪਾਰਟੀ 'ਤੇ ਚੱਲ ਗਿਆ। ਜਿਹੜੀ ਪਾਰਟੀ 'ਚ ਹੁੰਦਾ ਇਹ ਉੱਧਰ ਨੂੰ ਚੱਲਦਾ ਜ਼ਿਆਦਾ, ਔਰ ਬੜੀ ਉਹਨਾਂ ਵੀਰਾਂ ਵਾਸਤੇ ਮਾੜੀ ਗੱਲ ਆ ਜਿਹੜੇ ਅੱਜ ਕੁਰਸੀਆਂ 'ਤੇ ਬਹਿ ਰਹੇ ਸੀਗੇ, ਜਿਹੜੇ ਕੈਬਨਿਟ ਮਿਨਿਸਟਰ ਬਣੇ ਸੀਗੇ ਅੱਜ ਉਹ ਜਦੋਂ ਕੁਰਸੀਆਂ 'ਤੇ ਬਹਿ ਹੀ ਰਹੇ ਸੀਗੇ ਇੱਕ ਇੱਕ ਕਰਕੇ, ਅਤੇ ਵਿੱਚੋਂ ਹੀ ਇਹ ਖਬਰ ਆ ਗਈ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਅਸਤੀਫਾ ਦੇ ਦਿੱਤਾ। ਔਰ ਮੈਂ ਸਮਝਦਾ ਉਹਨਾਂ ਵਾਸਤੇ ਵੀ ਅੱਜ ਬੜੀ ਮਾੜੀ ਗੱਲ ਆ, ਬੜੀਆਂ ਉਹਨਾਂ ਨੂੰ ਖੁਸ਼ੀਆਂ ਸੀ, ਬੜੇ ਉਹਨਾਂ ਨੂੰ ਚਾਅ ਸੀ ਕਿ ਅਸੀਂ ਮਿਨਿਸਟਰ ਬਣੇ ਹਾਂ ਅਤੇ ਅਸੀਂ ਅੱਜ ਕੁਰਸੀਆਂ 'ਤੇ ਬਹਿਣਾ, ਅਤੇ ਇਸ ਬੰਦੇ ਨੇ ਉਹਨਾਂ ਦੇ ਸਾਰੇ ਜਿਹੜੇ ਚਾਅ ਮਿੱਟੀ 'ਚ ਮਿਲਾ ਕੇ ਰੱਖ ਦਿੱਤੇ ਆ। ਔਰ ਇਹ ਮੈਂ ਵੇਖਿਆ ਕਿ ਜਦੋਂ ਵੀ ਇਹ ਜਿਹੜੀ ਪਾਰਟੀ 'ਚ ਵੀ ਹੋਵੇ ਅਤੇ ਜਦੋਂ ਵੀ ਕੋਈ ਇਹ ਕੰਮ ਕਰਦਾ ਉੱਥੇ ਨੁਕਸਾਨ ਬਹੁਤ ਵੱਡਾ ਹੁੰਦਾ। ਜਦੋਂ ਇਹਦਾ ਆਪਦਾ ਸਮਾਗਮ ਸੀਗਾ ਇਹ ਉਦੋਂ ਵੀ ਮੇਰੇ ਹਿਸਾਬ ਨਾਲ ਜਦੋਂ ਜੀਰੇ ਹਲਕੇ ਤੋਂ ਬੱਸਾਂ ਜਾ ਰਹੀਆਂ ਸੀਗੀਆਂ ਲੋਕਾਂ ਦੀਆਂ ਅਤੇ ਇੱਕ ਐਕਸੀਡੈਂਟ ਹੋ ਗਏ, ਉਸ ਦਿਨ ਵੀ ਬੜੀਆਂ ਮੌਤਾਂ ਜਿਹੜੀਆਂ ਰਸਤੇ ਦੇ ਵਿੱਚ ਹੋਈਆਂ ਸੀਗੀਆਂ। ਮੈਂ ਸਮਝਦਾ ਕਿ ਇਹ ਬੰਦਾ ਜਿਹੜੀ ਵੀ ਪਾਰਟੀ 'ਚ ਰਹੂਗਾ ਉਸੇ ਵਾਸਤੇ ਇਹ ਕਲੰਕ ਆ। ਇਸ ਕਰਕੇ ਇਹ ਇਹਦੇ ਬਾਰੇ 'ਤੇ ਜਿੰਨਾ ਕੁਛ ਕਿਹਾ ਜਾਵੇ ਉਨਾ ਹੀ ਥੋੜ੍ਹਾ ਵਾ। ਔਰ ਮੈਂ ਤਾਂ ਜੋ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਮੈਨੂੰ ਦੀਦਾ ਸੀਗਾ ਕਿ ਇਹਨੇ ਸਪੀਡ ਬਹੁਤ ਜ਼ਿਆਦਾ ਫੜੀ ਆ, ਔਰ ਥੋੜ੍ਹੇ ਦਿਨਾਂ ਦੇ ਵਿੱਚ ਚੀਫ ਮਿਨਿਸਟਰ ਬਣਨ ਤੋਂ ਬਾਅਦ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਏ ਨੇ ਅਤੇ ਆਉਂਦਿਆਂ ਹੀ ਲੋਕਾਂ ਦੇ ਨਾਲ ਜਿਹੜੀ ਬਦਲਾਖੋਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ, ਕੈਪਟਨ ਅਮਰਿੰਦਰ ਸਿੰਘ ਦੇ ਬਣਾਏ ਟਰੱਸਟਾਂ ਦੇ ਚੇਅਰਮੈਨ ਬਦਲਤੇ, ਕੈਪਟਨ ਅਮਰਿੰਦਰ ਸਿੰਘ ਦੇ ਲੱਗੇ ਬੋਰਡ ਲਵਾ ਤੇ, ਮਤਲਬ ਬੜੀ ਛੋਟੀ ਸੋਚ ਜਿਹੜੀ ਮੈਂ ਸਮਝਦਾ ਵਾਂ ਕਿ ਐਡੇ ਵੱਡੇ ਬੰਦੇ ਨੂੰ ਐਡੀ ਛੋਟੀ ਸੋਚ ਨਹੀਂ ਰੱਖਣੀ ਚਾਹੀਦੀ। ਆ ਬੱਸਾਂ ਦੇ ਮਗਰ ਲੱਗੇ ਉਹਨਾਂ ਦੇ ਪੋਸਟਰ ਸਟਿੱਕਰ ਵਗੈਰਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਲਵਾ ਤੇ, ਔਰ ਜੇ ਇਹ ਜਿੱਥੇ ਵੀ ਰਹਿੰਦਾ ਇਹ ਹਮੇਸ਼ਾ ਪਹਿਲਾਂ ਜੇ ਬਾਦਲ ਸਾਹਿਬ ਬਾਰੇ ਮਾੜਾ ਬੋਲਦਾ, ਮਜੀਠੀਆ ਸਾਹਿਬ ਬਾਰੇ, ਹੁਣ ਇਹਨੇ ਵਿੱਚ ਇੱਕ ਕੈਪਟਨ ਅਮਰਿੰਦਰ ਸਿੰਘ ਐਡ ਕਰ ਲਿਆ ਸੀਗਾ ਉਹਦੇ ਬਾਰੇ ਵੀ। ਸੋ ਇਹ ਜਿਹੜੀ ਆ ਮੈਂ ਸੋਚਦਾ ਸੀਗਾ ਜਿਹੜੀ ਇਹਨੇ ਸਪੀਡ ਬਹੁਤ ਤੇਜ਼ੀ ਨਾਲ ਫੜੀ ਆ ਇਹਦਾ ਕਿਤੇ ਨਾ ਕਿਤੇ ਐਕਸੀਡੈਂਟ ਹੋਣਾ ਸੀ, ਉਹ ਵਾਕਈ ਜਿਹੜਾ ਜਲਦੀ ਐਕਸੀਡੈਂਟ ਹੋ ਗਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਔਰ ਜਿਹੜੇ ਅੱਜ ਉੱਥੇ ਵਿਚਾਰੇ ਕਰ ਰਹੇ ਆ ਆਪਣਾ ਕੁਰਸੀਆਂ 'ਤੇ ਬੈਠੇ ਨੇ ਉਹਨਾਂ ਵਾਸਤੇ ਮੈਂ ਸਮਝਦਾ ਕਿ ਇਹਨੇ ਅੱਜ ਬੜਾ ਮਾੜਾ ਕੰਮ ਕੀਤਾ, ਉਹਨਾਂ ਨੂੰ ਬੜੀਆਂ ਖੁਸ਼ੀਆਂ ਸੀ, ਬੜੇ ਚਾਅ ਸੀ, ਮਲਾਹ ਸੀ, ਇਹਨੇ ਸਾਰੇ ਉਹਨਾਂ ਦੇ ਜਿਹੜੇ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤੇ ਆ। ਔਰ ਇਹ ਜਿਹੜਾ ਬੰਦਾ ਇਹ ਕਿਸੇ ਵੀ ਪਾਰਟੀ 'ਚ ਰਹੇ ਚਾਹੁੰਦਾ ਕਿ ਕਮਾਂਡ ਮੇਰੇ ਹੱਥ ਦੇ ਵਿੱਚ ਹੋਵੇ, ਚਾਹੇ BJP 'ਚ ਸੀਗਾ ਇਹ ਚਾਹੁੰਦਾ ਸੀ ਕਮਾਂਡ ਮੇਰੇ ਹੱਥ 'ਚ ਰਹਿਣੀ ਚਾਹੀਦੀ ਆ, ਇਹ ਕਾਂਗਰਸ 'ਚ ਸੀਗਾ ਇਹ ਚਾਹੁੰਦਾ ਸੀ ਕਮਾਂਡ ਮੇਰੇ ਹੱਥ 'ਚ। ਕੀ ਗੱਲ, ਜਿਹੜਾ ਚੰਨੀ ਚੀਫ ਮਿਨਿਸਟਰ ਬਣ ਗਏ ਉਹ ਮਾੜਾ ਸੀਗਾ, ਉਹ ਕਮਾਂਡ ਨਹੀਂ ਚਲਾ ਸਕਦਾ, ਉਹ ਚਲਾਉਣ ਦੇ ਸਮਰੱਥ ਨਹੀਂ ਸੀਗਾ। ਬਟ ਇਹ ਜਿਹੜਾ ਬੰਦਾ ਇਹਨੂੰ ਕੋਈ ਵੀ ਪਾਰਟੀ ਕਮਾਂਡ ਨਹੀਂ ਦੇ ਸਕਦੀ ਕਿਉਂਕਿ ਇਹਦੇ ਪਾਕਿਸਤਾਨ ਦੇ ਨਾਲ ਰਿਲੇਸ਼ਨ ਆ, ਔਰ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਕਿ ਅਸੀਂ ਇਹਦਾ ਕਰਕੇ ਆਪਦੇ ਦੇਸ਼ ਦੇ ਵਿੱਚ ਜਿਹੜਾ ਕੋਈ ਨਾ ਕੋਈ ਨੁਕਸਾਨ ਚੱਲੀਏ। ਇਸ ਕਰਕੇ ਇਹ ਬੰਦੇ ਨੇ ਜੋ ਕੁਛ ਕਰਨਾ ਸੀਗਾ ਜਿਹੜਾ ਮੈਂ ਸੋਚਦਾ ਸੀ ਅੱਜ ਤੋਂ 15 ਦਿਨਾਂ ਨੂੰ ਕਰਨਾ ਉਹਨੇ 1 ਹਫ਼ਤੇ 'ਚ ਕਰ ਦਿੱਤਾ। ਪੰਜਾਬ ਦੇ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਦੀ ਜਨਤਾ ਨਵਜੋਤ ਸਿੰਘ ਸਿੱਧੂ ਦੇ ਡਰਾਮੇ ਦੇਖ ਰਹੀ ਸੀ। ਅੱਜ ਇਸ ਡਰਾਮੇ ਦਾ ਅੰਤ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਪਦ ਤੋਂ ਅਸਤੀਫਾ ਦਿੱਤਾ ਹੈ। ਮੈਂ ਸਮਝਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਕਦੀ ਵੀ ਪ੍ਰਧਾਨ ਬਣਨ ਨਹੀਂ ਸੀ ਆਏ। ਨਵਜੋਤ ਸਿੰਘ ਸਿੱਧੂ CM ਬਣਨ ਵਾਸਤੇ ਕਾਂਗਰਸ ਵਿੱਚ ਆਏ ਸਨ। ਜਦ ਉਹਨਾਂ ਨੂੰ ਅੱਜ ਲੱਗ ਰਿਹਾ ਸੀ ਕਿ ਉਹਨਾਂ ਦੀ ਜਿਹੜੀ ਲਾਲਸਾ ਹੈ, ਉਹਨਾਂ ਦਾ ਲਾਲਚ ਹੈ, ਉਹ ਪੂਰਾ ਕਾਂਗਰਸ 'ਚ ਨਹੀਂ ਹੋ ਰਿਹਾ, ਤਾਂ ਉਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਮਾਨਸਿਕ ਤੌਰ 'ਤੇ ਇੱਕ ਸਥਿਰ ਵਿਅਕਤੀ ਨਹੀਂ ਨੇ। ਨਵਜੋਤ ਸਿੰਘ ਸਿੱਧੂ ਨਾ ਪੰਜਾਬ ਦਾ ਕਦੀ ਭਲਾ ਕਰ ਸਕਦੇ, ਨਾ ਪੰਜਾਬੀਅਤ 'ਤੇ ਫਾਇਦੇ ਦੀ ਕਦੀ ਗੱਲ ਉਹਨਾਂ ਨੇ ਕੀਤੀ ਹੈ, ਅਤੇ ਨਾ ਹੀ ਕਦੀ ਰਾਸ਼ਟਰ ਹਿੱਤ ਦੇ ਵਿੱਚ ਗੱਲ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੂੰ ਆਪਣੇ ਰਾਜਨੀਤਿਕ ਜੀਵਨ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈਗਾ ਹੈ, ਕਿਉਂਕਿ ਇਹੋ ਜਿਹੇ ਮਹੱਤਵਕਾਂਕਸ਼ੀ ਲੋਕਾਂ ਦੀ, ਇਹੋ ਜਿਹੇ ਲਾਲਚੀ ਲੋਕਾਂ ਦੀ ਦੇਸ਼ ਦੀ ਰਾਜਨੀਤੀ ਵਿੱਚ, ਪੰਜਾਬ ਦੀ ਰਾਜਨੀਤੀ ਵਿੱਚ ਕੋਈ ਜਗ੍ਹਾ ਨਾ ਸੀ, ਨਾ ਹੈ ਤੇ ਨਾ ਹੋਏਗੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।
यूट्यूब दे उत्ते वीडियो खबरां देखने दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखने दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसी एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।